ਹੋ ਕੇ ਜਿਲੀ ਰਾਜ ਦੇ ਪੈਸੇ ਦੇਣੇ ਸੀ 1,00,000 ਰੁਪਈਆ। ਮੈਂ ਕਿਹਾ ਮੈਂ ਇਹਨਾਂ ਦਾ ਵੀ ਦੇ ਜਾਂ ਉਹਨਾਂ ਦੇ। ਜਦੋਂ ਮੈਂ ਐਂ ਪੌੜੀ ਦਰਵਾਜ਼ੇ 'ਤੇ ਚੜ੍ਹਨ ਲੱਗੀ ਸੀ, ਉਹਨਾਂ ਦਾ ਹਜੇ ਗੇਟ ਨਹੀਂ ਸੀ ਖੁੱਲ੍ਹਾ ਹੈਗਾ, ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ, ਇੱਕ ਗੱਡੀ 'ਚ ਬੈਠਾ ਸੀਗਾ। ਮੇਰੇ ਕੋਲ ਲਾਲ ਰੰਗ ਦਾ ਲਿਫਾਫਾ ਨਰੰਜਣ ਕੋਟ ਕਪੂਰੇ ਵਾਲਿਆਂ ਦਾ ਲਿਫਾਫਾ, ਉਹਦੇ ਵਿੱਚ ਮੇਰਾ ਲਾਲ ਰੰਗ ਦਾ ਪਰਸ ਆ, ਸਾਰੇ ਮੇਰੇ ਡਾਕੂਮੈਂਟਾਂ ਵਿੱਚ ਮੇਰੇ ਪੈਸੇ ਆ। ਜਦੋਂ ਮੈਂ ਰੰਜ ਫੜਿਆ ਸੀਗਾ, ਉਹ ਮੁੰਡਾ ਲਾਲ ਟੀ ਸ਼ਰਟ ਵਾਲਾ ਆ, ਕਾਲਾ ਪਜਾਮਾ ਪਾਇਆ, ਉਹਨੇ ਮੇਰੇ ਤੋਂ ਖੋਇਆ। ਮੈਂ ਉਹਦੀ ਪੋਤਾ ਕਰਕੇ ਬਾਂਹ ਫੜ ਲਈ, ਉਹ ਭੱਜ ਕੇ ਗੱਡੀ 'ਚ ਵੜ ਗਿਆ। ਮੈਂ ਗੱਡੀ ਦਾ ਉਹ ਦੂਜਾ ਹੈਂਡਲ ਫੜ ਕੇ ਅੰਦਰ ਵੜੀ, ਜਿਹੜਾ ਮੁੰਡਾ ਗੱਡੀ ਚਲਾਉਂਦਾ ਸੀ ਉਹਨੇ ਮੈਨੂੰ ਲੱਤ ਮਾਰੀ ਅਤੇ ਮੈਨੂੰ ਬਾਹਰ ਕੱਢਤਾ। ਮੈਂ ਡਿੱਗ ਪਈ, ਉੱਥੇ ਰੌਲਾ ਪਾਇਆ, ਇੱਕ ਮੋਟਰਸਾਈਕਲ ਵਾਲਾ ਜ਼ਰੂਰ ਮਗਰ ਲੱਗਾ, ਹੋਰ ਨਹੀਂ। ਉੱਥੇ ਮੇਰੀ ਫਿੰਗਰ ਕਿਹੜੀ ਬੈਂਕ ਕਿਹੜੀ ਸੀ? ਸੁਨਿਆਰੇ ਦੇ ਵੜਨ ਲੱਗੀ, ਉਦੋਂ ਖੋਏ ਉਹਨਾਂ ਨੇ ਮੇਰੇ ਤੋਂ। ਇੱਕ ਮੁੰਡੇ ਦੇ ਲਾਲ ਟੀ ਸ਼ਰਟ ਆ ਕਾਲਾ ਪਜਾਮਾ, ਇੱਕ ਦੇ ਚਿੱਟੀ ਟੀ ਸ਼ਰਟ ਆ ਕਾਲਾ ਪਜਾਮਾ, ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂਹਰੇ ਮੈਂ ਬਹਿਣ ਲੱਗੀ ਹਾਂ, ਖੋਲ੍ਹ ਕੇ ਗੱਡੀ ਉਹਨੇ ਮੈਨੂੰ ਲੱਤ ਮਾਰ ਕੇ ਬਾਹਰ ਸਿੱਟਤਾ, ਮੈਂ ਡਿੱਗ ਪਈ। ਕਿੰਨੀ ਟੋਟਲ ਅਮਾਊਂਟ ਸੀਗੀ ਤੁਹਾਡੀ? ਮੈਂ 5,00,000 ਰੁਪਈਆ ਲੈ ਕੇ ਆਈ, 7,00,000 ਦੀ ਮੇਰੀ ਉੱਥੇ ਲਿਮਿਟ ਸੀਗੀ, ਮੈਂ ਡੈਡੀ ਭਰਿਆ। ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ? ਕੋਈ ਮੇਰੇ ਬਾਹਰ ਆ, ਮੈਂ ਇਕੱਲੀ ਹਾਂ, ਇਕੱਲੇ ਸੀ ਤੁਸੀਂ? ਪੈਸੇ ਉਹਨਾਂ ਨੇ ਇਕੱਲੇ ਸੀ। ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ? ਮੋਗਾ ਜਿਹੜੇ ਹੋਰ ਜਿਵੇਂ ਮੋਗਾ ਆਹ ਕਿਹੜੇ ਹੋ? ਨਹੀਂ, ਜਿਹੜੇ ਮੋਗੇ ਤੋਂ ਆਉਂਦਾ ਹੈ। ਅੱਛਾ, ਉਹਨਾਂ ਦੇ ਚਲੇ ਗਏ, ਉੱਥੋਂ ਸਾਰੀ ਘਟਨਾ ਵਾਪਰੀ ਆ, ਤੇ ਉੱਥੇ ਸੀਸੀਟੀਵੀ ਤਾਂ ਹੋਊਗੀ। ਹਾਂ, ਉੱਥੇ ਵਾਧੂ ਕੈਮਰੇ। ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਰਾਜੇਣੇ ਦੀ ਪੁੱਤ। ਮੈਂ ਨਾਲੇ ਸਵੇਰੇ ਕਿਹਾ ਵੀ ਉਹਨਾਂ ਨੂੰ, ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ, ਮੈਨੂੰ ਆਦੇ ਆਪਣੀ ਲਿਮਿਟ ਭਰਿਆ, ਵਿਆਜ ਪਈ ਜਾਂਦਾ। ਕੋਈ ਆਉਂਦਾ ਤੁਹਾਡਾ ਕੋਈ ਪਤਾ ਮਗਰ ਨਾਲ ਆਇਆ? ਪਿੰਡ ਦੇ ਮੈਂਬਰ ਹੁੰਦੇ ਆ। ਕਿਹਨੂੰ ਕਿਹਾ ਤੁਸੀਂ? ਇੱਕ ਸੁਖਵੀਰ, ਇੱਕ ਦੀ ਗੁਰਦੀਪ ਸਿੰਘ ਦੀਪਾ। ਹੋਰ ਕਿਸੇ ਨੂੰ ਕਹਿਣ ਦੀ ਲੋੜ ਹੈ? ਮੈਂ ਕਹਿ ਦਿਆਂ। ਕਿੰਨੇ ਜਾਣੇ ਸੀਗੇ ਉਹ? ਉਹ 2 ਜਾਣੇ ਆ ਪਾ ਗੱਡੀ ਦੇ ਵਿੱਚ। ਤੁਸੀਂ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ? देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।